ਕਰਾਟੇ ਕੁਟਾਨ ਮੁੱਕ ਬੋਤਲਾਂ ਨੇ ਕੱਢ ਦੇ ਕਰਾਟੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਜਿੰਨੀਆਂ ਸੰਗਤਾਂ ਤੁਸੀਂ ਇੱਥੇ ਪਹੁੰਚੇ ਹੋ ਸੋ ਸਾਰਿਆਂ ਦੇ ਸੋ ਮਹਾਸਤੀ ਪ੍ਰਬੰਧ ਕਮੇਟੀ ਮੰਗੋਵਾਲ ਸੋ ਜਿਨ੍ਹਾਂ ਦੀ ਦੌਲਤ ਨਾਲ ਇਹ ਮੇਲਾ ਹੋ ਰਿਹਾ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਕਿ ਤੁਸੀਂ ਸਵੇਰ ਦੇ ਬੈਠੇ ਹੋ ਪਰ ਫਿਰ ਵੀ ਹਜੇ ਤੱਕ ਵੇਟ ਕਰ ਰਹੇ ਹੋ ਆਰਟਿਸਟ ਮੇਰਾ ਵੱਡਾ ਵੀਰ ਪ੍ਰੀਤ ਹਰਪਾਲ ਜਿਹੜਾ ਮੇਰੇ ਤੋਂ ਪਹਿਲਾਂ ਪਰਫੋਰਮ ਕਰਕੇ ਗਿਆ ਸੋ ਤੁਸੀਂ ਮੈਂ ਖਿਆਲ ਪਹਿਲੀ ਵਾਰੀ ਇੱਦਾਂ ਦੀ ਆਡੀਅੰਸ ਦੇਖੀ ਹੈ ਜਿਹੜੇ ਹਜੇ ਤੱਕ ਬੈਠੇ ਨੇ ਸੋ ਇੱਕ ਵਾਰੀ ਆਪਣੇ ਆਪ ਦੀ ਹਲਕੇ ਤਾੜੀਆਂ ਮਾਰ ਦਿਓ ਸਾਰੇ ਸੋ ਜਿਨ੍ਹਾਂ ਗੀਤਾਂ ਨੂੰ ਤੁਸੀਂ ਬੜਾ ਮਾਣ ਬੜਾ ਪਿਆਰ ਦਿੱਤਾ ਸੋ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ ਸੋ ਸਭ ਤੋਂ ਪਹਿਲਾਂ ਉਸ ਪਿੰਡ ਮਿੱਤਰਾਂ ਦਾ ਦਿਲ ਵਹਿੰਦਾ ਉਸ ਤੋਂ ਬਾਅਦ ਮਿੱਤਰਾਂ ਨੇ ਗੱਡੀ ਰੱਖੀ ਝੂਟੇ ਮਾਟੇ ਲੈਣ ਨੂੰ ਸੀਟ ਖਾਲੀ ਰੱਖੀ ਆ ਵੀ ਸੋਹਣਿਆਂ ਦੇ ਬਹਿਣ ਨੂੰ ਅਕਸਰ ਹੀ ਗੱਲਾਂ ਦੇ ਵਿੱਚ ਗੀਤ ਬਣ ਜਾਂਦੇ ਨੇ ਸੋ ਕੱਲਾ ਗੀਤ ਜਿੰਨਾ ਚਿਰ ਤੁਸੀਂ ਸੁਣੋਗੇ ਸੋ ਉਹਨਾਂ ਟਾਈਮ ਅਸੀਂ ਪਰਫੋਰਮ ਕਰਕੇ ਜਾਵਾਂਗੇ ਕਿਸ਼ਤਾਂ 'ਤੇ ਲੈ ਕੇ ਪਲਟੀਨਾ ਮੁੰਡਿਆ ਪੱਟੇ ਜਾਣੇ ਨਹੀਂ ਪਟੋਲੇ ਪਹਿਲੇ ਲਲਕਾਰੀ ਨਾਲ ਮੈਂ ਡਰ ਗਈ ਚਮਕੀਲਾ ਸਾਹਿਬ ਦਾ ਗੀਤ ਜਿਹੜਾ ਮੈਂ ਰਿਕਾਰਡ ਕਰਾਇਆ ਸੀ ਪਿੱਛੇ ਜੇ ਸੋ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ ਗਰਮੀ ਬਹੁਤ ਜ਼ਿਆਦਾ ਪਰ ਪੱਖੇ ਮੈਨੂੰ ਲੱਗਦਾ ਵੀ ਫਿਰ ਵੀ ਠੀਕ ਲੱਗਦੇ ਨੇ ਜਿਹੜੇ ਹਵਾ ਸਿੱਟ ਰਹੇ ਨੇ ਸੋ ਪ੍ਰਬੰਧਕ ਨੂੰ ਕਹਿਣਾ ਸੀ ਵੀ ਇੱਕ ਇੱਧਰ ਨੂੰ ਵੀ ਵੱਡੇ ਦਾਤੀ ਫਿਰ ਇੱਧਰ ਨੂੰ ਵੀ ਲਾ ਦੇਣਾ ਸੀ ਸਟੇਜ ਦੇ ਉੱਪਰ ਨੂੰ ਸੋ ਉਸ ਪਿੰਡ ਮਿੱਤਰਾਂ ਦਾ ਮਿੱਤਰਾਂ ਦਾ ਲੈਣਾ ਜੀ ਕੌਣ ਨਹੀਂ ਸੌਂਦੇ ਆ ਜਿਹੜੇ ਸਾਰੀ ਸਾਰੀ ਰਾਤ ਫੋਨਾਂ ਤੇ ਲੱਗੇ ਰਹਿੰਦੇ ਨੇ ਸਾਡੇ ਬਿੱਟੂ ਬਈਰ ਕੇ ਉਹ ਜਿਹੜੇ ਬੜੀ ਵਧੀਆ ਸਾਊਂਡ ਪ੍ਰੇਡ ਕਰਦੇ ਨੇ ਸੋ ਇਹਨਾਂ ਲਈ ਵੀ ਇੱਕ ਵਾਰੀ ਤਾੜੀ ਮਾਰ ਦੇ ਬਲਕਿ ਆ ਸਾਡੇ ਦੋਸਤੀ ਵਾਲ ਕੇ ਨਹੀਂ ਸੌਂਦੇ ਉਹ ਜਿਹੜੇ ਸਾਡੇ ਪਿੰਡੋਂ ਸ਼ਹਿਰ ਨੂੰ
माइक सेट कर दे मैंने सो मित्रा ने गाड़ी रखी झूठे माटे लैंड नु सीट खाली रखी है अभी सोने आंदे बैठ नु आले पीछे खड़े हो तुसी भी सारे जी क्योंकि लास्ट में आ गए पिछले वाले पीछे वाले सारे जने दाढ़ी मार दो उसी खुल के सो मित्रा ने गाड़ी रखी झूठे माटे लैंड हां जी Thank you.